ਮੈਂ ਸਤਵੰਤ ਸਿੰਘ ਲੰਮਾ ਪਿੰਡ ਜਲੰਧਰ ਤੋਂ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਖਬਰਾਂ ਦੇ ਵਿੱਚ ਪੜ੍ਹਿਆ ਸੀਗਾ ਕਿ ਮੁੱਖ ਮੰਤਰੀ ਸਾਹਿਬ ਬਿਮਾਰ ਹੈਗੇ ਆ, ਹੋਸਪਿਟਲ ਐਡਮਿਟ ਸੀਗੇ। ਉਹਨਾਂ ਦੀ ਅਸੀਂ ਲੰਬੀ ਉਮਰ ਵਾਸਤੇ ਆਪਣੇ ਵੱਲੋਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਉਹਨਾਂ ਦੀ ਲੰਬੀ ਉਮਰ ਬਹੁਤ ਬਹੁਤ ਪਰਮਾਤਮਾ ਕਰੇ, ਜਿਨ੍ਹਾਂ ਨੇ ਸਾਨੂੰ ਆਮ ਲੋਕਾਂ ਵਾਸਤੇ ਇੰਨੀ ਵਧੀਆ ਉਪਲਬਧੀਆਂ ਕੀਤੀਆਂ, ਸਾਡੇ ਵਾਸਤੇ ਆਮ ਲੋਕਾਂ ਵਾਸਤੇ ਬਾਹਰ ਯਾਤਰਾ ਵਾਸਤੇ ਵਧੀਆ ਵਧੀਆ ਵਿਵਸਥਾ ਕੀਤੀਆਂ। ਹਰ ਇੱਕ ਧਾਰਮਿਕ ਸਥਾਨ 'ਤੇ ਆਮ ਲੋਕ ਵੀ, ਅਪਾਹਜ ਵੀ, ਆਮ ਲੋਕ ਜਿਹੜੇ ਹੈਗੇ ਸਾਡੇ, ਜਿਹੜੇ ਨਹੀਂ ਸੀ ਜਾ ਸਕਦੇ, ਉਹ ਇਸੇ ਜ਼ਰੀਏ ਅੱਗੇ ਆਪਣੇ ਧਾਰਮਿਕ ਸਥਾਨ 'ਤੇ ਆਪਣੇ ਮੱਥਾ ਟੇਕ ਸਕਣ। ਉਹਨਾਂ ਨੇ ਸਾਨੂੰ ਇੱਦਾਂ ਦੀਆਂ ਸਹੂਲਤਾਂ ਪਹਿਲਾਂ ਸਾਨੂੰ ਕਦੀ ਨਹੀਂ ਸੀ ਮਿਲੀਆਂ, ਜੋ ਉਹਨਾਂ ਨੇ ਅੱਜ ਸਾਨੂੰ ਸਾਡੇ ਸਾਰੇ ਪਰਿਵਾਰ ਸਾਰੇ ਸਾਡੇ ਮਾਹੌਲ ਨੂੰ ਦਿੱਤਾ। ਅੱਜ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ, ਕਿ ਉਹਨਾਂ ਨੇ ਜਿਹੜੀ ਟ੍ਰੇਨ ਇਹ ਯਾਤਰਾ ਵਾਸਤੇ ਸਾਡੇ ਵਾਸਤੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈਗਾ ਆ। ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਆਈ। ਜਿੱਥੇ ਸਾਨੂੰ ਪਾਣੀ ਚਾਹੀਦਾ ਸੀ ਪਾਣੀ ਮਿਲਿਆ, ਜਿੱਥੇ ਮਾਂ ਨੂੰ ਬੱਚੇ ਵਾਸਤੇ ਦੁੱਧ ਚਾਹੀਦਾ ਸੀ ਉਹ ਦੁੱਧ ਦੀ ਵਿਵਸਥਾ ਕੀਤੀ ਗਈ ਆ। ਇਹ ਪੂਰੀ ਟੀਮ ਨੇ, ਅਸੀਂ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਪੈਰ ਪੈਰ 'ਤੇ ਆ ਕੇ ਸਾਡੀ ਹਰ ਚੀਜ਼ 'ਤੇ ਮਦਦ ਕੀਤੀ ਹੈਗੀ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੀ ਪੂਰੀ ਕੋਰ ਟੀਮ ਵੱਲੋਂ, ਇਹਨਾਂ ਦੀ ਪੂਰੀ ਕੋਰ ਟੀਮ ਨੂੰ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ। ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਆਮ ਲੋਕਾਂ ਵਾਸਤੇ ਵਿਵਸਥਾ ਕੀਤੀ ਜਾਵੇ।